ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਬੈਰਾੜੀ ਮਹੱਲਾ ਚੌਥਾ। ਘਰ ਪਹਿਲਾ ਦੋ ਪਦੇ, ਗੁਰੂ ਪਿਆਰਿਓ ਆਪਣਾ ਆਪਣਾ ਮਨ ਜੋੜੋ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ, ਮੁੜ ਕੇ ਕਿਸੇ ਕੁੱਖ ਵਿੱਚ ਨਹੀਂ ਜਾਣਾ ਪੈਂਦਾ, ਗਰਭਾਸ ਵਿੱਚ ਨਹੀਂ ਜਾਣਾ ਪੈਂਦਾ, ਜੰਮਣਾ ਮਰਨਾ ਨਹੀਂ ਪੈਂਦਾ। ਜੇ ਇਹ ਮਨ ਪਵਿੱਤਰ ਪਾਵਨ ਗੁਰਬਾਣੀ ਨੂੰ ਸਮਝ ਲਵੇ, ਗੁਰਬਾਣੀ ਦੇ ਕਹੇ ਅਨੁਸਾਰ, ਆਖੇ ਅਨੁਸਾਰ, ਗੁਰਬਾਣੀ ਦੇ ਹੁਕਮ ਅਨੁਸਾਰ ਆਪਣੀ ਜ਼ਿੰਦਗੀ ਦੇ ਦਿਨ ਜੋ ਮਿਲੇ ਹਨ ਵਾਹਿਗੁਰੂ ਜੀ ਵੱਲੋਂ, ਉਹਨਾਂ ਨੂੰ ਬਤੀਤ ਕਰਦਾ ਜਾਵੇ। ਕਿਉਂਕਿ ਜਿਹੜੇ ਦਿਨ ਮਿਲੇ ਹਨ ਉਹ ਗਿਣ ਕੇ ਵਾਹਿਗੁਰੂ ਜੀ ਨੇ ਲਿਖ ਦਿੱਤੇ ਹਨ। ਜਾਣ ਦਾ ਸਮਾਂ ਵੀ ਲਿਖਿਆ ਹੋਇਆ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਆਹ ਜਿਹੜਾ ਦੁਨੀਆ ਹੈ, ਮ੍ਰਿਤ ਮੰਡਲ ਹੈ, ਇਹਦੇ ਵਿੱਚ ਆਏ ਹਾਂ। ਸਾਰੇ ਦਿਨ ਲਿਖੇ ਹੋਏ ਹਨ। ਗਣ ਕਾਲੇ ਸਭ ਦਿਵਸ ਸਾਸ। ਕਿੰਨੇ ਸਾਹ ਲੈਣੇ ਹਨ? ਸਾਹ ਤਾਂ ਇੱਕੋ ਹੈ, ਪਰ ਉਹਨੂੰ ਕਿੰਨੀ ਵਾਰੀ ਬਾਹਰ ਅੰਦਰ ਆਉਣ ਜਾਣ ਦਾ ਹੁਕਮ ਹੈ, ਉਹ ਲਿਖਿਆ ਹੋਇਆ ਹੈ। ਹਰ ਬੋਡੀ ਦਾ, ਹਰ ਤਨ ਦਾ, ਹਰ ਸਰੀਰ ਦਾ, ਕਿ ਇੰਨਾ ਚਿਰ ਇਸ ਸਾਹ ਨੇ ਹਮ ਆਦਮੀ ਹਾਂ ਇੱਕ ਦਮੀ ਆਉਣਾ ਤੇ ਜਾਣਾ ਹੈ, ਆਉਣਾ ਤੇ ਜਾਣਾ ਹੈ। ਜਦੋਂ ਹੁਕਮ ਹੋ ਜਾਂਦਾ ਹੈ, ਫਿਰ ਇਸ ਸਰੀਰ ਵਿੱਚ ਇਹ ਸਾਹ ਮੁੜ ਕੇ ਵਾਪਸ ਨਹੀਂ ਜਾਂਦਾ, ਮ੍ਰਿਤੂ ਹੋ ਜਾਂਦੀ ਹੈ ਮ੍ਰਿਤ ਮੰਡਲ ਦੇ ਵਿੱਚ। ਭਾਗਾਂ ਵਾਲੇ ਉਹ ਮਨ ਹਨ, ਭਾਗਾਂ ਵਾਲੇ ਉਹ ਸਵਾਸ ਹਨ, ਜਿਹੜੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ। ਗਣ ਕਾਲੇ, ਗਣ ਦਾ ਭਾਵ ਹੈ ਗਿਣ ਕੇ ਪਾਏ ਹੋਏ ਹਨ ਸਾਹ ਤੇ ਦਿਨ। ਉਹਦੇ ਵਿੱਚ ਕੋਈ ਵੀ ਵਾਧਾ ਘਾਟਾ ਨਹੀਂ ਹੋ ਸਕਦਾ, ਨਹਿ ਵੱਢਣ ਘਟਣ ਤਿਲ ਸਾਰ, ਤਿਲ ਜਿੰਨਾ ਵੀ ਫਰਕ ਨਹੀਂ ਪੈ ਸਕਦਾ। ਜਦੋਂ ਵੀ ਕਿਸੇ ਦਾ ਆਪੋ ਆਪਣਾ ਸਮਾਂ ਆਉਂਦਾ ਹੈ, ਸਵਾਸ ਮੁੱਕ ਜਾਂਦੇ ਹਨ, ਚੱਲਣ ਦਿਨ ਆਇਆ, ਚੱਲਣ ਦਾ ਦਿਨ ਆ ਜਾਂਦਾ ਹੈ, ਉਦਾਸ ਨਾ ਹੋਣਾ। ਅੱਜ ਦਾਸਰੇ ਨੇ ਸ਼ਬਦ ਲਿਆ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚੋਂ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਅੰਗ ਹੈ 719। ਰਾਗ ਬੈਰਾੜੀ ਹੈ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ
ਬਚਨ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਹੈ, ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਹਨ, ਉਹਨਾਂ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਬਚਨ ਜਿਹੜੇ ਹਨ ਉਹ ਗੁਰਬਾਣੀ ਹੈ। ਘਰ ਪਹਿਲਾ ਹੈ ਦੋ ਪਦੇ, ਦੋ ਦੋ ਬੰਦਾਂ ਵਾਲੀ ਸਤਿਗੁਰਾਂ ਨੇ ਇਹ ਪਵਿੱਤਰ ਪਾਵਨ ਗੁਰਬਾਣੀ ਮਨ ਵਾਸਤੇ ਉਚਾਰਨ ਕੀਤੀ ਹੈ। ਮਨ ਨੂੰ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ ਇਸ ਸ਼ਬਦ ਦੇ ਵਿੱਚ, ਤੇ ਮਨ ਨੂੰ ਕਹਿ ਵੀ ਰਹੇ ਹਨ, ਜੁੜਿਆ ਕਰ ਏਕ ਓਅੰਕਾਰ ਜੀ ਨਾਲ, ਆਪਣੇ ਸਤਿਗੁਰਾਂ ਦੇ ਨਾਲ, ਉਹਨਾਂ ਦੀ ਕਿਰਪਾ ਨਾਲ। ਐ ਮਨਾ ਤੂੰ ਨਾਮ ਜਪਣ ਲੱਗ ਪਵੇਂਗਾ, ਤੂੰ ਆਖਣ ਲੱਗ ਪਵੇਂਗਾ ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ, ਇੱਕ ਉਹ ਵਾਹਿਗੁਰੂ ਅਕਾਲ ਪੁਰਖ ਜੀ ਓਅੰਕਾਰ ਜੀ, ਜਿਨ੍ਹਾਂ ਨੇ ਸਾਰੇ ਆਕਾਰ ਧਾਰਨ ਕੀਤੇ ਹੋਏ ਹਨ, ਆਪ ਨਿਰੰਕਾਰ ਹਨ, ਨਿਰਆਕਾਰ ਹਨ। ਇੱਕ ਉਹ ਹਨ ਜਿਨ੍ਹਾਂ ਨੇ ਸਾਰੀ ਦੁਨੀਆਂ ਦੀ ਰਚਨਾ ਰਚਾਈ ਹੋਈ ਹੈ, ਸਾਧੋ ਰਚਨਾ ਰਾਮ ਬਣਾਈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੜ ਲੱਗ ਜਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ। ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰਾਂ ਦੇ ਪ੍ਰੈਜੈਂਟ ਟਾਈਮ ਤੇ ਚਲਾ ਜਾਇਆ ਕਰ ਗੁਰਦੁਆਰਾ ਸਾਹਿਬ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿਰਪਾ ਹੋ ਜਾਵੇਗੀ ਸਤਿਗੁਰ ਪ੍ਰਸਾਦ। ਜਪਣ ਲੱਗ ਪਵੇਂਗਾ ਸਤਨਾਮ ਸ੍ਰੀ ਵਾਹਿਗੁਰੂ, ਕਹਿਣ ਲੱਗ ਪਵੇਂਗਾ ਆਪਣੇ ਮਨ ਨੂੰ, ਜਪ ਮਨ ਸਤਨਾਮ, ਸਦਾ ਸਤਨਾਮ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਗ ਬੈਰਾੜੀ ਦੇ ਵਿੱਚ ਹੁਕਮ ਪੈ ਕਰਦੇ ਹਨ ਹਰ ਮਨ ਨੂੰ, ਕਿਉਂਕਿ ਦੁਨੀਆਂ ਭਰੀ ਪਈ ਹੈ ਮਨਾਂ ਦੇ ਨਾਲ। ਮਾਵਾਂ ਜਨਮ ਦੇ ਦਿੰਦੀਆਂ ਹਨ ਤਨ ਨੂੰ, ਦੇਹ ਨੂੰ, ਸਰੀਰ ਨੂੰ, ਇਸ ਬੋਡੀ ਨੂੰ, ਇਹਨਾਂ ਸਾਰਿਆਂ ਤਨਾਂ ਵਿੱਚ ਮਨ ਵਸਦੇ ਹਨ। ਤਨ ਇੱਥੇ ਰਹਿ ਜਾਂਦੇ ਹਨ ਦੁਨੀਆਂ ਵਿੱਚ ਜਦੋਂ ਸਵਾਸਾਂ ਦਾ ਭੰਡਾਰ ਖਤਮ ਹੋ ਜਾਂਦਾ ਹੈ, ਮਨ ਨੂੰ ਜਾਣਾ ਪੈਂਦਾ ਹੈ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ। ਜੋ ਜੋ ਦੁਨੀਆਂ ਤੇ ਕੀਤਾ ਹੈ ਉਹਦਾ ਹਿਸਾਬ ਦੇਣਾ ਪੈਂਦਾ ਹੈ। ਜੋ ਜੋ ਕਰਮ ਕੀਏ ਲਾਲਚ ਲੱਗ, ਜਿਹੜੇ ਲਾਲਚ ਵਸ ਹੋ ਕੇ ਕਰਮ ਕੀਤੇ ਹਨ ਉਹਦਾ ਲੇਖਾ ਕੌਣ ਦੇਵੇਗਾ, ਉਹ ਮਨ ਨੂੰ ਦੇਣਾ ਪੈਂਦਾ ਹੈ, ਕਿਉਂਕਿ ਮਨ ਨੇ ਉਹ ਲਾਲਚ ਕੀਤੇ ਹਨ, ਲਾਲਚ ਲੱਗ ਕੇ ਜਨਮ ਗਵਾਇਆ। ਸਤਿਗੁਰਾਂ ਨੇ ਸਮਝਾਇਆ ਵੀ ਸੀ, ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ, ਲਾਲਚ ਬੜੀ ਬੁਰੀ ਚੀਜ਼ ਹੈ, ਪੜ੍ਹਿਆ ਕਰੋ ਗੁਰਬਾਣੀ ਦੇ ਵਿੱਚੋਂ। ਲਾਲਚ ਛੋਡੋ ਅੰਧੇ ਹੋ, ਲਾਲਚ, ਲਾਲਚ ਬੜਾ ਵੱਡਾ ਦੁੱਖ ਹੈ। ਜੋ ਜੋ ਵੀ ਮਨ ਲਾਲਚ ਕਰਦਾ ਹੈ ਕਦੀ ਸੁਖੀ ਨਹੀਂ ਰਹਿੰਦਾ। ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ, ਲਾਲਚ ਲਾਗੇ ਜਨਮ ਗਵਾਇਆ। ਐ ਮਨਾ
ਉਹ ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ, ਜਿਨ੍ਹਾਂ ਦੀ ਕਥਾ ਕਹੀ ਨਹੀਂ ਜਾ ਸਕਦੀ, ਅਕਥ ਕਥਾ ਹੈ ਵਾਹਿਗੁਰੂ ਜੀ ਦੀ। ਦੁਨੀਆ ਕਹਿ ਕਹਿ ਕੇ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕੇ ਕਥਨ ਕਰ ਕਰਕੇ ਚਲੀ ਗਈ। ਕਈ ਕਥਨ ਕਰ ਰਹੇ ਹਨ ਪ੍ਰੈਜੈਂਟ ਟਾਈਮ ਤੇ, ਇਹ ਵੀ ਚਲੇ ਜਾਣਗੇ ਆਉਣ ਵਾਲੇ ਸਮੇਂ ਵਿੱਚ ਵੀ। ਦੁਨੀਆ ਕਥ ਕਥ ਕੇ ਕਹਿ ਕਹਿ ਕੇ ਕਹਿ ਕਹਿ ਕੇ ਰੱਬ ਇਸ ਤਰ੍ਹਾਂ ਦਾ ਹੈ, ਰੱਬ ਇਸ ਤਰ੍ਹਾਂ ਦਾ ਹੈ, ਦੱਸ ਦੱਸ ਕੇ ਦੱਸ ਦੱਸ ਕੇ ਚਲੇ ਜਾਣਗੇ। ਪਰ ਅਕਥ ਕਥਾ ਜਿਹੜੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ, ਉਹ ਕੋਈ ਨਹੀਂ ਕਹਿ ਸਕਦਾ, ਕੋਈ ਨਹੀਂ ਦੱਸ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਬੜਿਆਂ ਨੇ ਕਹੀ ਹੈ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ 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 ਲੋਕ ਕਹਿ ਕਹਿ ਕੇ ਚਲੇ ਗਏ, ਕਹਿ ਰਹੇ ਹਨ, ਚਲੇ ਜਾਣਗੇ, ਅਗਲੇ ਫਿਰ ਆਉਣਗੇ, ਉਹ ਵੀ ਕਹਿੰਦੇ ਰਹਿਣਗੇ ਪਰ ਅੰਤ ਨਾ ਪਾ ਸਕਣਗੇ। ਕੋਈ ਵਿਰਲਾ ਹੈ ਜੋ ਅੰਤ ਪਾਵੇਗਾ, ਤੂੰ ਬੇਅੰਤ ਕੋ ਵਿਰਲਾ ਜਾਣ। ਮਨ ਨੂੰ ਸਮਝਾਉਂਦੇ ਹਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਸੁਣ ਮਨ ਅਕਥ ਕਥਾ, ਹਰ ਨਾਮ ਮਨਾ ਵਾਹਿਗੁਰੂ ਦਾ ਨਾਮ ਜਪਿਆ ਕਰ, ਆਖਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਆਪਣੀ ਜੀਭਾ ਨੂੰ, ਰਸਨਾ ਨੂੰ, ਟੰਗ ਨੂੰ ਆਖਿਆ ਕਰ, ਹੇ ਰਸਨਾ ਤੂੰ ਹਰ ਗੁਣ ਗਾਓ, ਆਖਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਦੂਜਿਆਂ ਰਸਾਂ ਵਿੱਚ ਪਈ ਹੋਈ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਕਦੀ ਤੇ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਤਿਲ ਤਿਲ ਕਰਕੇ ਕੱਟੀ ਜਾਵੇਂਗੀ, ਗੁਰਬਾਣੀ ਦੇ ਹੁਕਮ ਹਨ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਏ। ਦੈਟ ਟੰਗ ਵਿਚ ਡਜ਼ ਨੋਟ ਚੰਟ ਦਾ ਨੇਮ ਆਫ ਵਾਹਿਗੁਰੂ ਜੀ ਆਊਟ ਟੂ ਬੀ ਕੱਟ ਆਊਟ ਬਿਟ ਬਾਈ ਬਿਟ, ਟੁਕੜੇ ਟੁਕੜੇ ਹੋ ਜਾਵੇਗੀ ਜਿਹੜੀ ਰਸਨਾ ਜਪਦੀ ਨਹੀਂ ਸਤਨਾਮ ਸ੍ਰੀ ਵਾਹਿਗੁਰੂ। ਹੋਰ ਹੀ ਰਸਾਂ ਵਿੱਚ ਪਈ ਹੋਈ ਹੈ ਇਹ ਰਸਨਾ। ਐ ਮੇਰੇ ਮਨ, ਆਪਣੀ ਜੀਭਾ ਨੂੰ, ਆਪਣੀ ਟੰਗ ਨੂੰ, ਆਪਣੀ ਰਸਨਾ ਨੂੰ ਆਖਿਆ ਕਰ, ਰਸ ਰਸ ਕੇ ਨਾਮ ਜਪਿਆ ਕਰ। ਤੇ ਕੰਨਾਂ ਨੂੰ ਕਿਹਾ ਹੈ ਸੁਣਿਆ ਕਰੋ। ਐ ਮਨਾ ਕੰਨਾਂ ਨੂੰ ਕਹਿ, ਅਕਥ ਕਥਾ ਸੁਣਿਆ ਕਰ ਅਕਾਲ ਪੁਰਖ ਵਾਹਿਗੁਰੂ ਜੀ, ਤੇ ਨਾਮ ਰਸਨਾ ਨੂੰ ਆਖੋ ਜਪਿਆ ਕਰੇ। ਕੰਨ ਸੁਣਦੇ ਹਨ, ਰਸਨਾ ਜਪਦੀ ਹੈ। ਸੁਣ ਮਨ ਅਕਥ ਕਥਾ ਹਰ ਨਾਮ। ਹੁਣ ਮਨ ਨੇ ਕੰਨਾਂ ਨੂੰ ਕਵੇਗਾ ਤਾਂ ਹੀ ਉਹ ਸੁਣਨਗੇ ਨਾ। ਇਸ ਸਰੀਰ ਨੂੰ ਕੰਨ ਲੱਗੇ ਹੋਏ ਹਨ, ਜੀਭਾ ਲੱਗੀ ਹੋਈ ਹੈ, ਕੰਨਾਂ ਨੇ ਸੁਣਨਾ ਹੈ। ਇਹ ਸਰਵਣੋ ਮੇਰਿਓ ਸੱਚ ਹੈ, ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣਹੋ ਸਤ ਬਾਣੀ। ਕੰਨਾਂ ਨੇ ਸੁਣਨਾ ਹੈ, ਜੋ ਕੰਮ ਕੰਨਾਂ ਦਾ ਹੈ ਉਹ ਜੀਭਾ ਨਹੀਂ ਕਰ ਸਕਦੀ, ਰਸਨਾ ਨਹੀਂ ਕਰ ਸਕਦੀ, ਟੰਗ ਨਹੀਂ ਕਰ ਸਕਦੀ। ਜੋ ਜੀਭਾ ਦਾ ਕੰਮ ਹੈ ਉਹ ਕੰਨ ਨਹੀਂ ਕਰ ਸਕਦੇ। ਸੋ ਨ ਮਨ, ਐ ਮਨਾ ਆਪਣੇ ਕੰਨਾਂ ਨੂੰ ਕਹਿ, ਸੁਣਿਆ ਕਰ
ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਆਇਓ ਸੁਣਨ ਪੜ੍ਹਨ ਕੋ ਬਾਣੀ। ਨਾਮ ਵਿਸਾਰ ਲਗ ਹੈ ਅਨਲਾਲਚ ਬ੍ਰਿਥਾ ਜਨਮ ਪ੍ਰਾਣੀ। ਐਵੇਂ ਐ ਪ੍ਰਾਣੀ ਸਵਾਸਾਂ ਨਾਲ ਚੱਲਣ ਵਾਲੇ ਬੰਦੇ ਐਵੇਂ ਆਪਣਾ ਜੀਵਨ ਤੋਂ ਗੁਆ ਲਿਆ ਹੈ ਬਿਰਥੇ ਸਾਹ ਲੈ ਕੇ। ਹੁਕਮ ਹਨ ਸਮਾਲੇ ਸਾਹੇ ਸਾਹੇ, ਇੱਕ ਇੱਕ ਸਾਹ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਿਰਥਾ ਕੋਈ ਨਾ ਜਾਏ, ਕੋਈ ਖਾਲੀ ਨਾ ਚਲਾ ਜਾਵੇ। ਸੋਨ ਮਨ ਅਕਥ ਕਥਾ ਹਰ ਨਾਮ ਵਾਹਿਗੁਰੂ 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 ਵਾਹਿਗੁਰੂ। ਸਿਫਤ ਸਲਾਹ ਕਰਿਆ ਕਰ ਸਤਨਾਮ 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 ਵਾਹਿਗੁਰੂ 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 ਵਾਹਿਗੁਰੂ। ਜੇ ਜਪੇਗਾ ਅਤੇ ਸੁਣੇਗਾ ਰਿੱਧ ਬੁੱਧ ਸਿੱਧ ਸੁਖ ਪਾਵੇ ਹੈ। ਰਿੱਧੀਆਂ ਸਿੱਧੀਆਂ ਆ ਜਿਹੜੀ ਬੁੱਧ ਹੈ, ਮਤ ਹੈ, ਅਕਲ ਹੈ, ਇਹ ਬੁੱਧ ਬਦਲ ਜਾਵੇਗੀ। ਬੁੱਧ ਬਦਲੀ ਸਿੱਧ ਪਾਈ, ਬੁੱਧ ਬਦਲ ਜਾਂਦੀ ਹੈ, ਬੁੱਧ ਬਦਲੀ ਸਿੱਧ ਪਾਈ। ਆਪ ਪੜ੍ਹ ਲੈਣਾ ਸੁਧ ਕਰਕੇ ਗੁਰਬਾਣੀ ਦੇ ਵਿੱਚੋਂ ਪਿਆਰਿਓ। ਰਿੱਧ ਆ ਜਿਹੜਾ ਧਨ ਪਦਾਰਥ ਹੈ, ਪੈਸਾ, ਤੇਲਾ, ਸੋਨਾ, ਚਾਂਦੀ, ਲੋੜ, ਜੋ ਜੋ ਲੋੜ ਹੈ ਉਹ ਲੋੜ ਵਾਹਿਗੁਰੂ ਜੀ ਆਪਣੇ ਆਪ ਪੂਰੀ ਕਰ ਦਿੰਦੇ ਹਨ। ਕੋਈ ਘਾਟਾ ਨਹੀਂ ਰਹਿ ਜਾਂਦਾ, ਸਿਰਫ ਆਪਣੇ ਮਾਲਕ ਨਾਲ, ਵਾਹਿਗੁਰੂ ਜੀ ਨਾਲ ਇਹ ਮਨ ਜੁੜ ਜਾਵੇ। ਸੁਣ ਮਨ ਅਕਥ ਕਥਾ ਹਰ ਨਾਮ। ਰਿੱਧ ਧਨ ਪਦਾਰਥ, ਕੋਈ ਘਾਟਾ ਨਹੀਂ ਰਵੇਗਾ, ਕਿਸੇ ਅੱਗੇ ਹੱਥ ਨਹੀਂ ਅੱਡਣਾ ਪਵੇਗਾ। ਦਾਤੇ ਨਾਲ ਜੁੜ ਜਾਓ, ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ। ਜਾਚਕ ਬਣ ਕੇ ਮੰਗ ਲਾਓ ਜਾਚਕ ਮੰਗੇ ਦਾਨ, ਦੇਹ ਪਿਆਰੇ ਆ ਉਹ ਦੇਹ ਦਿੰਦੇ ਹਨ। ਜੇ ਜਾਚਕ ਬਣ ਕੇ, ਸੇਵਕ ਬਣ ਕੇ ਨਿਮਰਤਾ ਨਾਲ ਅਰਦਾਸ ਕਰੇ, ਬੇਨਤੀ ਕਰੇ, ਸਤਿਗੁਰੂ ਜੀ ਮੈਨੂੰ ਆਹ ਚਾਹੀਦਾ ਹੈ, ਮਾਲਕ ਦੇ ਦਿੰਦੇ ਹਨ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਬੁੱਧ ਆ ਜਿਹੜੀ ਬੁੱਧ ਹੈ ਸਾਡੀ, ਅਕਲ ਹੈ ਜਿਹੜੀ, ਮਤ ਹੈ ਜਿਹੜੀ, ਗੁਰੂ ਦੀ ਗੱਲ ਨੂੰ ਸੁਣ ਕੇ, ਗੁਰੂ ਦੇ ਬਚਨ ਸੁਣ ਕੇ ਗੁਰ ਮਤ ਬਣ ਜਾਂਦੀ ਹੈ। ਇਹਨੂੰ ਫਿਰ ਗੁਰਮਤ ਕਹਿੰਦੇ ਹਨ, ਜੋ ਗੁਰੂ ਦੇ ਹੁਕਮ ਹਨ ਜਦੋਂ ਉਹ ਇਸ ਮਤ ਬੁੱਧ ਦੇ ਵਿੱਚ ਵਸ ਜਾਂਦੇ ਹਨ। ਪਰ ਬੁੱਧ ਤਾਂ ਬਦਲਦੀ ਹੈ ਜੇ ਹੰਕਾਰ ਨਾ ਹੋਵੇ। ਇਹ ਵੱਡਾ ਰੋਗ ਹੈ, ਹਉਮੈ ਵੱਡਾ ਰੋਗ ਹੈ। ਕੋਈ ਰੋਗ ਇੰਨਾ ਵੱਡਾ ਨਹੀਂ ਜਿੰਨਾ ਹਉਮੈ ਦਾ ਰੋਗ ਵੱਡਾ ਹੈ, ਈਗੋ ਦਾ ਰੋਗ ਵੱਡਾ ਹੈ, ਅਹੰਕਾਰ ਦਾ ਰੋਗ ਵੱਡਾ ਹੈ। ਹਰ ਜੀਉ ਅਹੰਕਾਰ ਨਾ ਭਾਵੇ। ਭਾਈ ਸਾਹਿਬ ਜੀ ਹੁਕਮ ਕਰਦੇ ਹਨ, ਜਾਓ ਲਓ ਅਹੰ ਬੁੱਧ। ਜਿੰਨਾ ਚਿਰ ਹੰਕਾਰ ਭਰੀ ਬੁੱਧ ਹੈ,
ਚਾਉ ਲਾਵਾ ਹੰਗ ਬੁੱਧ ਸੋ ਦੋਹੇ ਨਾ ਅੰਤਰਗਤ। ਜਿੰਨਾ ਚਿਰ ਅਹੰਕਾਰ ਭਰੀ ਬੁੱਧ ਹੈ, ਜਾਉ ਲਾਵਾ ਹੰਗ ਬੁੱਧ ਸੋ ਦੋਹੇ ਨਾ ਅੰਤਰਗਤ। ਅੰਦਰ ਕਦੀ ਸਾਫ਼ ਨਹੀਂ ਹੁੰਦਾ ਉਹਨਾਂ ਚਿਰ। ਜਾਉ ਲਾਵਾ ਹੰਗ ਬੁੱਧ ਸੋ ਦੋਹੇ ਨਾ ਅੰਤਰਗਤ। ਕਦੀ ਵੀ ਮਨ ਸੁੱਧ ਨਹੀਂ ਹੁੰਦਾ, ਮਨ ਮੈਲਾ ਹੀ ਰਹਿ ਜਾਂਦਾ ਹੈ ਅਹੰਕਾਰ ਭਰੀ ਬੁੱਧ ਦੇ ਨਾਲ। ਜਾਉ ਲਾਓ ਅਹੰ ਬੁੱਧ ਅਹੰ ਅਹੰਕਾਰ ਸੁੱਧ ਹੋਏ ਨਾ ਅੰਤਰਗਤ। ਕਦੀ ਵੀ ਅੰਤਰਗਤ ਅੰਦਰੋਂ ਅੰਦਰ ਮਨ ਦੀ ਸਫਾਈ ਨਹੀਂ ਹੁੰਦੀ। ਗੁਰੂ ਦੇ ਚਰਨਾਂ ਨਾਲ ਮਨਾ ਜੁੜ ਜਾ, ਸੁਣ ਮਨ ਅਕਥ ਕਥਾ ਹਰ ਨਾਮ ਨਾਮ ਜਪਿਆ ਕਰ। ਅਕਥ ਕਥਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰਿਆ ਕਰ। ਰਿੱਧ ਬੁੱਧ ਸਿੱਧ ਸਿੱਧੀਆਂ ਕਰਾਮਾਤੀ ਤਾਕਤਾਂ ਆਪਣੇ ਆਪ ਆ ਜਾਂਦੀਆਂ ਹਨ। ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾ ਹੈ। ਵਾਹਿਗੁਰੂ ਬੜਾ ਸੁੱਖ ਆ ਜਾਂਦਾ ਹੈ ਮਨ ਨੂੰ। ਜਿਹੜੇ ਮਨ ਨੂੰ ਕਦੀ ਸੁੱਖ ਨਾ ਮਿਲਿਆ ਹੋਵੇਗਾ, ਜਦੋਂ ਸਤਿਗੁਰੂ ਜੀ ਦੀ ਸ਼ਰਨ ਆ ਜਾਂਦਾ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਸ਼ਰਨ ਵਿੱਚ ਅਸਾਇਲਮ ਦੇ ਵਿੱਚ ਆ ਜਾਂਦਾ ਹੈ, ਬੜਾ ਸੁੱਖ ਲੱਭਦਾ ਹੈ, ਮਨ ਟਿਕ ਜਾਂਦਾ ਹੈ। ਰਿੱਧ ਬੁੱਧ ਸਿੱਧ ਸੁੱਖ ਪਾਵੇ ਹੈ, ਭਜ ਗੁਰ ਮਤ ਹਰ ਰਾਮ ਰਾਮ, ਭਜ ਗੁਰ ਮਤ ਹਰ ਰਾਮ ਰਾਮ, ਭਜ ਗੁਰ ਮਤ ਹਰ ਰਾਮ ਰਾਮ। ਵਾਹਿਗੁਰੂ 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 ਵਾਹਿਗੁਰੂ, ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਵਾਹਿਗੁਰੂ 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 ਵਾਹਿਗੁਰੂ। ਰਹਾਓ ਨਾਨਾ ਖਿਆਨ ਪੁਰਾਣ ਜਸ ਉੱਤਮ, ਨਾਨਾ ਖਿਆਨ ਪੁਰਾਣ ਜਸ ਉੱਤਮ। ਨਾਨਾ ਪ੍ਰਕਾਰ ਦੇ ਖਿਆਨ ਭਾਵ ਵਖਿਆਨ ਦੁਨੀਆਂ ਦੀਆਂ ਸਤਾਈ ਸਿਮਰਤੀਆਂ ਹਨ, ਅਠਾਰਾਂ ਪੁਰਾਣ ਹਨ, ਛੇ ਸ਼ਾਸਤਰ ਹਨ, ਚਾਰ ਵੇਦ ਹਨ, ਸਾਰੇ ਰੱਬ ਨਾਲ ਜੋੜਦੇ ਹਨ। ਪਰ ਮਨ ਨਾਨਾ ਪ੍ਰਕਾਰ ਦੀਆਂ ਕਥਾ ਸੁਣ ਸੁਣ ਕੇ ਹੋਰਨਾਂ ਪਾਸੇ ਹੀ ਲੱਗ ਜਾਂਦਾ ਹੈ। ਗੁਰਬਾਣੀ ਜਿਹੜੀ ਹੈ ਉਹ ਅਕਾਲ ਪੁਰਖ ਜੀ ਦੇ ਨਾਲ ਜੋੜਦੀ ਜਾਂਦੀ ਹੈ। ਜੋੜਦੇ ਵੇਦ ਵੀ ਹਨ, ਪਰ ਦੁਨੀਆ
ਹੋਰਨਾਂ ਕਥਾ ਕਹਾਣੀਆਂ ਵਿੱਚ ਲੱਗ ਜਾਂਦੀ ਹੈ। ਵੇਦਾਂ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉਂ ਬੇਤਾਲਿਆ। ਬੰਦਾ ਬੇਤਾਲਾ ਹੋ ਕੇ ਤੁਰਿਆ ਫਿਰਦਾ ਹੈ, ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ। ਨਾਨਾ ਖਿਆਨ ਪੁਰਾਨ ਜਸ ਉੱਤਮ ਜਿਹਦੇ ਵਿੱਚ ਵਾਹਿਗੁਰੂ ਜੀ ਦੀ ਸਿਫਤ ਸਲਾਹ ਤੋਂ ਖੁੰਝ ਜਾਂਦਾ ਹੈ। ਅਕਥ ਕਥਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੇ ਕਰਦਾ ਹੈ ਤਾਂ ਭਾਗਾਂ ਵਾਲਾ ਹੈ। ਫਿਰ ਸਿਮਰਤੀਆਂ, ਸ਼ਾਸਤਰ, ਵੇਦ, ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਜਿਹੜਾ ਵਿਚਾਰ ਨਹੀਂ ਕਰਦਾ ਪਰਮੇਸ਼ਰ ਜੀ ਦੇ ਨਾਮ ਦੀ, ਉਹ ਝੂਠਾ ਹੈ, ਇਹ ਝੂਠੇ ਨਹੀਂ। ਸਤਿਗੁਰੂ ਜੀ ਹੁਕਮ ਕਰਦੇ ਹਨ, ਨਾਮ ਜਪੋ, ਸਭ ਉਸੇ ਦਾ ਨਾਮ ਜਪਦੇ ਹਨ, ਅਕਾਲ ਪੁਰਖ ਜੀ ਦਾ। ਸ਼ੰਕਰ ਵੀ ਉਸੇ ਦਾ ਨਾਮ ਜਪ ਰਹੇ ਹਨ, 33 ਕਰੋੜ ਦੇਵਤੇ ਵੀ ਵਾਹਿਗੁਰੂ ਜੀ ਦਾ ਨਾਮ ਜਪ ਰਹੇ ਹਨ। ਸ਼ੰਕਰ ਕਰੋੜ 33 ਤੇ ਆਇਓ, ਵਾਹਿਗੁਰੂ 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 ਵਾਹਿਗੁਰੂ। ਸ਼ੰਕਰ ਵੀ ਜਪ ਰਹੇ ਹਨ, ਜਿਨ੍ਹਾਂ ਨੂੰ ਮਹਾਦੇਵ ਕਹੀਦਾ ਹੈ, ਉਹਨਾਂ ਨੇ ਵੀ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਉਹ ਵੀ ਕਹਿ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਤੇਤੀ ਕਰੋੜ ਦੇਵਤੇ ਵੀ ਸਤ ਨੂੰ ਜਪ ਰਹੇ ਹਨ, ਵਾਹਿਗੁਰੂ ਨੂੰ ਜਪ ਰਹੇ ਹਨ, ਸਤਨਾਮ ਨੂੰ ਇੱਕ ਓਅੰਕਾਰ ਜੀ ਨੂੰ ਜਪ ਰਹੇ ਹਨ। ਉਹਨਾਂ ਦਾ ਧਿਆਨ ਵੀ ਕਿੱਥੇ ਜੁੜਿਆ ਹੋਇਆ ਹੈ? ਪਰਮੇਸ਼ਰ ਵੱਲ, ਭਗਵਾਨ ਵੱਲ ਜੁੜਿਆ ਹੋਇਆ ਹੈ, ਵਾਹਿਗੁਰੂ ਜੀ ਵੱਲ ਜੁੜਿਆ ਹੋਇਆ ਹੈ। ਪਰ ਜਦੋਂ ਆ ਜਿਹੜਾ ਦੁਨੀਆ ਦਾ ਮਾਇਆ ਦਾ ਲਪੇਟਾ ਇਲੂਜਨ ਹੈ, ਮਾਇਆ ਦੇ ਜਾਲ ਨੇ ਜਦੋਂ ਇਹਨਾਂ ਨੂੰ ਵੀ ਵਸ ਕਰ ਲਿਆ, ਇਹਨਾਂ ਨੂੰ ਵੀ ਭੁਲਾ ਦਿੱਤਾ ਵਾਹਿਗੁਰੂ ਜੀ ਨੇ। ਨਹੀਂ ਜਾਣਿਓ ਹਰ ਮਾਮ ਭੇਤ, ਨਹੀਂ ਜਾਣਿਆ ਫਿਰ ਇਹਨਾਂ ਨੇ ਵੀ ਪਰਮੇਸ਼ਰ ਜੀ ਦਾ ਬੰਦਗੀ ਕੀਤੀ ਹੈ, ਪਰ ਦੁਨੀਆ ਨਾਲ ਜੁੜ ਜਾਣ ਦੇ ਕਾਰਨ ਆਪ ਪੜਿਓ, ਅੰਗ ਹੈ
19 ਸੰਕਰ ਕਰੋੜ ਤੇ ਤੀਸ ਧਿਆਇਓ ਤੇ ਆਉਂਦੇ ਹਨ ਸਾਨੂੰ ਵੀ ਹੁਕਮ ਹੈ ਪਾਠ ਕਰੋ ਨਾਮ ਜਪੋ ਸਿਮਰਨ ਕਰੋ ਤੇ ਆਓ ਵਾਹਿਗੁਰੂ ਜੀ ਨੂੰ ਪਰ ਜੁੜ ਜਾਓ ਪਰਮੇਸ਼ਰ ਜੀ ਨਾਲ ਆ ਦੁਨੀਆਂ ਦੇ ਲੋਭ ਲਾਲਚ ਆ ਦੁਨੀਆਂ ਦੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤਾਕਤਾਂ ਜੇ ਇਹਨਾਂ ਨਾਲ ਹੀ ਜੁੜ ਗਏ ਪਰਮੇਸ਼ਰ ਜੀ ਭੁੱਲ ਜਾਣਗੇ ਵਾਹਿਗੁਰੂ ਜੀ ਭੁੱਲ ਜਾਣਗੇ ਇਹਨਾਂ ਦਾ ਤਿਆਗ ਕਰ ਦੇਣਾ ਹੈ ਭਾਵੇਂ ਇਹ ਜਿੰਨੀਆਂ ਵੀ ਹਨ ਇਹ ਚਰਨਾਂ ਵਿੱਚ ਆਪੇ ਆ ਜਾਂਦੀਆਂ ਹਨ ਰਿੱਧ ਸਿੱਧ ਸਭ ਮੋਹ ਹੈ ਇਹ ਇੱਕ ਝੂਠਾ ਮੋਹ ਹੈ ਸੰਕਰ ਕਰੋੜ ਤੇ ਤੀਸ ਤੇ ਆਇਓ ਪਰ ਕੁਝ ਵਿੱਚ ਕਾਰਨ ਹਨ ਨਹੀਂ ਜਾਣੇ ਹੋ ਹਰ ਮਰਮਾਮ ਆਪ ਪੜਿਆ ਕਰੋ ਭੇਤ ਨਹੀਂ ਜਾਣਿਆ ਪਰਮੇਸ਼ਰ ਜੀ ਦਾ ਦੁਨੀਆਂ ਦੇ ਜੀਵ ਉਹਨਾਂ ਦਾ ਧਿਆਨ ਪਰਮੇਸ਼ਰ ਵੱਲੋਂ ਟੁੱਟ ਕੇ ਹੋਰ ਕਿਤੇ ਲੱਗਾ ਹੋਇਆ ਹੈ ਸੁਰ ਨਰ ਗਣ ਗੰਧਰਵ ਜਸ ਗਾਵ ਹੈ ਸੁਰ ਦੇਵਤੇ ਆ ਜਿਵੇਂ ਅਸੀਂ ਨਰ ਹਾਂ ਮਨੁੱਖ ਮਾਨਸ ਸੁਰ ਦੇਵਤੇ ਨਰ ਜਿਨ੍ਹਾਂ ਨੂੰ ਮਾਨਸ ਜਨਮ ਮਿਲਿਆ ਹੈ ਮਾਨਸ ਜਨਮ ਦਿਓ ਜੇ ਠਾਕੁਰ ਸੋ ਤੈਂ ਕਿਉਂ ਵਿਸਰਾਇਓ ਕਿਉਂ ਭੁਲਾ ਦਿੱਤਾ ਹੈ ਮਾਲਿਕ ਨੂੰ ਵਾਹਿਗੁਰੂ ਜੀ ਨੂੰ ਗਣ ਗੰਧਰਵ ਗਣ ਗੰਧਰਵ ਜਿਹੜੇ ਦੇਵਤਿਆਂ ਦੇ ਕੋਲ ਰਾਗ ਕਰਨ ਵਾਲੇ ਹਨ ਜਸ ਗਾਵਹਿ ਸਭ ਗਾਵਤ ਜੇਤ ਉਪਾਮ ਸਭ ਗਾਵਤ ਜੇਤ ਉਪਾਮ ਜਿੰਨੇ ਵੀ ਹਨ ਉਹ ਗਾਉਂਦੇ ਹਨ ਪਰ ਗਾਵਿਆ ਸੁਣਿਆ ਤਿਨਕਾ ਥਾਂ ਪਾਵੇ ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਨੀ ਰਾਗ ਨਾਦ ਇਹ ਤਾਂ ਹੀ ਉਹ ਸੋਭਾ ਦਿੰਦੇ ਹਨ ਜੇ ਮਨ ਪਰਮੇਸ਼ਰ ਨਾਲ ਜੁੜ ਕੇ ਗਾਉਂਦਾ ਹੈ ਨਹੀਂ ਤਾਂ ਰਾਗ ਰਾਗਨੀ ਡਿੰਬ ਹੋਏ ਬੈਠਾ ਉਨ ਹਰ ਪੈ ਕਹਿ ਲੀਨਾ ਉਹਨਾਂ ਨੇ ਵਾਹਿਗੁਰੂ ਕੋਲੋਂ ਕੀ ਲੈਣਾ ਜਿਹੜੇ ਰਾਗ ਆਦਿ ਵਿੱਚ ਹੀ ਡਿੰਬ ਬਣ ਗਏ ਹਨ ਈਗੋ ਆ ਗਈ ਹੈ ਅਸੀਂ ਰਾਗ ਜਾਣਦੇ ਹਾਂ ਰਾਗਾਂ ਨਾਲ ਹੀ ਮਨ ਜੁੜ ਗਿਆ ਹੈ ਪਰਮੇਸ਼ਰ ਨਾਲ ਨਹੀਂ ਜੁੜਿਆ ਤਨ ਸੋ ਰਾਗ ਸੋ ਰੰਗੜੇ ਆਲਾਪਤ ਸਭ ਤਿੱਖ ਜਾਏ ਤਨ ਉਹ ਰਾਗ ਹਨ ਜਿਹੜੇ ਪਰਮੇਸ਼ਰ ਦੀ ਲੈ ਵਿੱਚ ਜੁੜ ਜਾਂਦੇ ਹਨ ਆਲਾਪ ਵਿੱਚ ਜੁੜ ਜਾਂਦੇ ਹਨ ਆਪਾਂ ਭੁੱਲ ਜਾਂਦੇ ਹਨ ਕਿ ਮੈਂ ਕਿਹੜਾ ਰਾਗ ਹਾਂ ਧਿਆਨ ਪਰਮੇਸ਼ਰ ਵਿੱਚ ਜਾ ਲੱਗਦਾ ਹੈ ਇਸ ਕਰਕੇ ਉਹ ਰਾਗ ਧਨ ਹਨ ਜਿਨ੍ਹਾਂ ਰਾਗਾਂ ਨਾਲ ਜੁੜ ਜਾਈਦਾ ਹੈ ਕਰਤਾ ਪੁਰਖ ਜੀ ਨਾਲ ਪਰਮੇਸ਼ਰ ਜੀ ਨਾਲ ਜੇ ਰਾਗਾਂ ਦਾ ਹੀ ਮੁਕਾਬਲਾ ਹੁੰਦਾ ਰਿਹਾ ਤੇ ਉਹ ਡਿੰਬ ਹੈ ਰਾਗ ਰਾਗਨੀ ਕਈ ਰਾਗਣੀਆਂ ਹਨ ਕਈ ਰਾਗ ਹਨ ਡਿੰਬ ਹੋਏ ਬੈਠਾ ਉਹ ਤਾਂ ਪਖੰਡ ਹੈ ਉਹਨਾਂ ਨੇ
ਹਰ ਪਹਿ ਵਾਹਿਗੁਰੂ ਕੋਲੋਂ ਕਿਆ ਲੀਨਾ, ਉਹਨਾਂ ਨੇ ਕੀ ਲੈ ਲੈਣਾ ਰੱਬ ਕੋਲੋਂ ਜਿਹੜੇ ਈਗੋ ਵਿੱਚ ਆ ਗਏ। ਰਾਗ ਉਹ ਧਨ ਹਨ ਜਿਹੜੇ ਵਾਹਿਗੁਰੂ ਜੀ ਦਾ ਅਲਾਪ ਕਰਦੇ ਹਨ, ਭੁੱਲ ਹੀ ਜਾਂਦੇ ਹਨ ਮੈਂ ਕਿਹੜਾ ਰਾਗ ਹਾਂ, ਜੁੜ ਜਾਂਦੇ ਹਨ ਉਸ ਧੁਨੀ ਨਾਲ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ। ਇਸੇ ਕਰਕੇ ਸੱਚ ਖੰਡ ਦਰਬਾਰ ਸਾਹਿਬ ਜੀ ਦੇ ਵਿੱਚ ਰਾਗਾਂ ਵਿੱਚ ਰਾਗੀ ਸਿੰਘ ਕੀਰਤਨ ਕਰਦੇ ਹਨ, ਤਾਨਪੁਰਿਆਂ ਦੇ ਨਾਲ, ਤੰਤੀ ਸਾਜਾਂ ਦੇ ਨਾਲ। ਉਹਨਾਂ ਤੰਤੀ ਸਾਜਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਜਿਹੜੇ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਮਨ ਜੁੜ ਜਾਂਦਾ ਹੈ। ਉਸ ਵੇਲੇ ਇੱਕ ਇੱਕ ਤਾਰ ਵਿੱਚੋਂ ਆਵਾਜ਼ ਜਿਹੜੀ ਹੈ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਜਿੰਨਾ ਚਿਰ ਵੀ ਰਾਗੀ ਸਿੰਘ ਸਤਿਗੁਰਾਂ ਦੇ ਸ਼ਬਦ ਨੂੰ ਗਾਉਂਦੇ ਹਨ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰਮਾਨੀ ਮਨ ਜੋੜ ਕੇ ਜਦੋਂ ਕੀਰਤਨ ਕਰਦੇ ਹਨ, ਰਾਗ ਭੁੱਲ ਜਾਂਦੇ ਹਨ, ਪਿਆਰ ਪ੍ਰਗਟ ਹੋ ਜਾਂਦਾ ਹੈ, ਪ੍ਰੇਮ ਪ੍ਰਗਟ ਹੋ ਜਾਂਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਨਾਨਕ ਕਿਰਪਾ ਕਰੀ ਹਰ ਜਿਨ ਕਾ, ਤੇ ਸੰਤ ਭਲੇ ਹਰ ਰਾਮ। ਉਹ ਨਾਮ ਜਪਣ ਵਾਲੇ, ਉਹ ਸੰਤ ਮਹਾਂਪੁਰਖ, ਉਹ ਗੁਰਮੁਖ ਪਿਆਰੇ, ਉਹ ਗੁਰੂ ਕੇ ਸਿੱਖ, ਉਹ ਗੁਰੂ ਨਾਨਕ ਨਾਮ ਲੇਵਾ ਜੋ ਜੋ ਵੀ ਜੁੜਿਆ ਹੋਇਆ ਹੈ ਗੁਰਬਾਣੀ ਨਾਲ, ਵਾਹਿਗੁਰੂ ਜੀ ਨਾਲ, ਹਰ ਰਾਮ ਜੀ ਦੇ ਨਾਲ। ਨਾਨਕ ਕਿਰਪਾ ਕਰੀ ਹਰ ਜਿਨ ਕਾ, ਤੇ ਸੰਤ ਭਲੇ ਹਰ ਰਾਮ। ਉਹ ਭਾਗਾਂ ਵਾਲੇ ਹਨ, ਭਲੇ ਹਨ ਜਿਹੜੇ ਰਾਮ ਰਾਮ ਜਪਦੇ ਹਨ, ਰਾਮ ਕੋ ਨਾਮ ਜਪੋ ਦਿਨ ਰਾਤੀ, ਰੇ ਮਨ ਰਾਮ ਸਿਉ ਕਰ ਪ੍ਰੀਤ, ਰਾਮ ਨਾਮ ਔਰ ਮਹਿ ਗਯੋ ਜਾ ਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਧੰਨ ਧੰਨ ਸਾਹਿਬ ਸਤਿਗੁਰੂ ਜੀ। ਗੁਰੂ ਗ੍ਰੰਥ ਸਾਹਿਬ ਦਾ ਤਾਰ ਪਾਤਸ਼ਾਹ ਜੀ, ਉਹ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਵਿਖੇ ਅਰਦਾਸ ਬੇਨਤੀ ਹੈ। ਦਾਸ ਦਿਲਬਾਗ ਸਿੰਘ ਵੱਲੋਂ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਪਵਿੱਤਰ ਪਾਵਨ ਗੁਰਬਾਣੀ ਦੀ ਕਥਾ ਕਰਦਿਆਂ ਅੰਗ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ 719 ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ। ਕਈ ਭੁੱਲਾਂ ਮੇਰੇ ਕੋਲੋਂ ਹੋ ਗਈਆਂ ਹਨ, ਸਤਿਗੁਰ ਜੀ ਤੁਕ ਲਾ ਕੰਨਾ ਅੱਖਰ ਵੱਧ ਘੱਟ ਪੜਿਆ ਗਿਆ ਹੈ, ਮੈਂ ਕੀ ਕਰਾਂ, ਮੇਰੀ ਜੀਭਾ ਦੀ ਡੋਰੀ ਆਪ ਜੀ ਦੇ ਹੱਥ ਹੈ, ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ ਕੁਦਰਤ ਕਮਨ ਹਮਾਰੀ। ਜਿਵੇਂ ਬੁਲਾਉਂਦੇ ਹੋ ਤਿਵੇਂ ਇਹ ਜੀਭਾ ਬੋਲ ਦਿੰਦੀ ਹੈ, ਸਤਿਗੁਰ ਜੀ ਮੈਨੂੰ ਖਿਮਾ ਕਰ ਦਿਓ,
ਸਤਿਗੁਰ ਜੀ ਮੈਨੂੰ ਬਖਸ਼ ਦਿਓ, ਬਖਸ਼ ਦਿਓ, ਬਖਸ਼ ਦਿਓ, ਬਖਸ਼ ਦਿਓ, ਬਖਸ਼ ਦਿਓ। ਸਾਧ ਸੰਗਤ ਰੱਬ ਦਾ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਬੜੀ ਵੱਡੀ ਹੈ, ਰੱਬ ਦਾ ਰੂਪ ਹੈ, ਗੁਰੂ ਦਾ ਰੂਪ ਹੈ। ਆਪ ਸਾਧ ਸੰਗਤ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰੋ, ਮੈਥੋਂ ਕਈ ਭੁੱਲਾਂ ਹੋ ਗਈਆਂ ਹਨ। ਆਲ ਵਰਲਡ ਵਾਸਤੇ, ਪੂਰੀ ਦੁਨੀਆ ਵਾਸਤੇ ਅਰਦਾਸ ਬੇਨਤੀ ਹੈ, ਪੂਰੀ ਦੁਨੀਆ ਦੇ ਘਰਾਂ ਪਰਿਵਾਰਾਂ ਵਿੱਚ ਵਾਹਿਗੁਰੂ ਜੀ ਸੁੱਖ ਵਰਤਾਓ। ਸਭਨਾਂ ਦੇ ਬਾਲ ਬੱਚਿਆਂ ਦੇ ਸਿਰ ਤੇ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰੋ ਜੀ। ਜਿੱਥੇ ਜਿੱਥੇ ਵੀ ਕਿਸੇ ਦੇ ਬਾਲ ਬੱਚੇ ਹਨ, ਬਾਬਾ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਹੱਥ ਜੋੜ ਕੇ ਤਰਲਾ ਹੈ, ਮਿੰਨਤ ਹੈ, ਜੋਦੜੀ ਹੈ, ਅਰਦਾਸ ਹੈ। ਦਰੋਂ ਘਰੋਂ ਗੁਰਸਿੱਖੀ ਜੀਵਨ, ਗੁਰੂ ਚਰਨਾਂ ਦਾ ਸਤਿਗੁਰ ਜੀ ਪਿਆਰ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ। ਇਹ ਸੇਵਾ ਯੂਟਿਊਬ ਦੀ ਟੀਮ ਆਪ ਤੱਕ ਭੇਜ ਰਹੀ ਹੈ। ਆਲ ਵਰਲਡ ਦੇ ਵਿੱਚ ਪਵਿੱਤਰ ਪਾਵਨ ਗੁਰਬਾਣੀ ਦਾ ਮੈਸੇਜ ਯੂਟਿਊਬ ਦੀ ਟੀਮ ਵਾਲੇ ਭੇਜ ਦਿੰਦੇ ਹਨ। ਇਹਨਾਂ ਵਾਸਤੇ ਵੀ ਅਰਦਾਸ ਬੇਨਤੀ ਹੈ, ਇਹਨਾਂ ਦੇ ਬੱਚਿਆਂ ਪਰਿਵਾਰਾਂ ਘਰਾਂ ਵਿੱਚ ਵੀ ਸਤਿਗੁਰ ਜੀ ਸੁੱਖ ਬਖਸ਼ਿਸ਼ ਕਰਨਾ। ਆ ਜਿਹੜੀ ਸਾਈਡ ਹੈ ਗੁਰਬਾਣੀ ਵਾਲੀ ਯੂਟਿਊਬ ਦੀ ਟੀਮ ਦੀ, ਦਾਤਾਰ ਪਾਤਸ਼ਾਹ ਜੀਓ, ਜਿੰਨੀ ਵੀ ਯੂਟਿਊਬ ਦੀ ਟੀਮ ਹੈ, ਸਾਰਿਆਂ ਦੇ ਸਿਰ ਤੇ ਸਤਿਗੁਰ ਜੀ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰਨੀ। ਗੂਗਲ ਵਾਲਿਆਂ ਦਾ ਵੀ ਭਲਾ ਕਰਨਾ, ਬਾਬਾ ਜੀ ਦਰੋਂ ਘਰੋਂ ਉਹਨਾਂ ਨੂੰ ਵੀ ਖੁਸ਼ੀਆਂ ਬਖਸ਼ਿਸ਼ ਕਰਨੀਆਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆਪਣੀ ਮਿਹਰ ਭਰੀ ਨਜ਼ਰ ਯੂਟਿਊਬ ਦੀ ਟੀਮ ਤੇ ਸਤਿਗੁਰ ਜੀ ਰੱਖਣ ਦੀ ਕਿਰਪਾਲਤਾ ਕਰਨੀ। ਸਾਰੇ ਜਗਤ ਤੇ ਆਪਣੀ ਮਿਹਰ ਭਰੀ ਨਜ਼ਰ ਦਾਤਾਰ ਜੀ ਰੱਖਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਜਗਤ ਤੁਸਾਂ ਦਾ ਆਪਣਾ ਉਪਾਇਆ ਹੋਇਆ ਹੈ। ਗੁਰਬਾਣੀ ਵਿਚਾਰ ਲੀਡਸ ਯੂਕੇ ਦੇ ਸਿਰ ਤੇ ਵੀ ਸਤਿਗੁਰ ਜੀ ਮਿਹਰ ਭਰਿਆ ਹੱਥ ਰੱਖ ਕੇ ਜਦ ਤੱਕ ਜ਼ਿੰਦਗੀ ਹੈ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣਾ, ਬਾਬਾ ਜੀ ਕਿਰਪਾ ਕਰਦੇ ਰਹਿਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਨਿਦਾਨ ਹੋ, ਕਿਰਪਾ ਦੇ ਸਾਗਰ ਹੋ, ਸੁੱਖਾਂ ਦੇ ਸਾਗਰ ਹੋ। ਧੰਨ ਗੁਰੂ ਨਾਨਕ ਸਾਹਿਬ ਜੀ। ਗੁਰੂ ਘਰਾਂ ਵਿੱਚ, ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿੱਥੇ ਜਿੱਥੇ ਵੀ ਸਾਧ ਸੰਗਤ ਹੈ, ਤੁਸਾਂ ਸਾਨੂੰ ਸਿਖਾਇਆ ਹੈ ਭਾਈ ਸਭ ਦਾ ਭਲਾ ਮੰਗੋ, ਸਭ ਦਾ ਭਲਾ ਮੰਗੋ। ਜਦੋਂ ਵੀ ਗੁਰੂ ਘਰ ਵਿੱਚ ਅਰਦਾਸ ਹੁੰਦੀ ਹੈ, ਪੂਰੀ ਦੁਨੀਆ ਦੇ ਵਿੱਚ ਸਾਰੀਆਂ ਸੰਗਤਾਂ ਆਖਦੀਆਂ ਹਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।